Oldu oldu, benim çekken nerede arayı? Hatta saat kadar nerede bir arayı, o da konuyu. ਵੱਡੀ ਨਹਿਰ ਤੇ ਜਿਹੜੀ ਕੱਟੀ ਇਹਦੇ ਵਿੱਚ ਗੱਡੀ ਜਿਹੜੀ ਪੱਥਰ ਸੜਕਾਂ ਪਰ ਜਾ ਰਹੀ ਇਹ ਜਿਹੜੀ ਅੱਗੇ ਜਾ ਰਹੀ ਨਜ਼ਦੀਕ ਹੋ ਰਿਹਾ ਚੈੱਕ ਨੰਬਰ 116-10R ਚੈੱਕ ਨੰਬਰ 116-10R ਉਸਦਾ ਬੋਲਿਆ ਮੇਨ ਹਾਈਵੇ ਜਿਹੜੀ ਗੁਜ਼ਰ ਰਹੀ ਹੈ ਮੁਲਤਾਨ ਦੀ ਮੁਲਤਾਨ ਤੋਂ ਪਾਕਪਤਨ ਚੌਂਕ ਮੇਤਲਾ ਪਾਕਪਤਨ ਅੱਗੇ ਜਿਹੜੀ ਜਾ ਰਹੀ ਚਿਸ਼ਤੀਆਂ ਫਸਲਪੁਰ ਵੱਡੀ ਨਹਿਰ ਹੈ ਵਿੱਚ ਬੂਟੀ ਜੀ ਕਿੰਨੀ ਉੱਗੀ ਹੈ ਬਹੁਤ ਜ਼ਿਆਦਾ ਬੂਟੀ ਵਿੱਚ ਹੈ ਜੀ ਬੂਟੀ ਦੀ ਵਜ੍ਹਾ ਤਕਰੀਬਨ ਅੱਧੇ ਜ਼ਿਆਦਾ ਤਾਂ ਬੰਦ ਆ ਨਹਿਰ ਬੂਟੀ ਦੀ ਵਜ੍ਹਾ ਤੋਂ ਅੱਧੇ ਜ਼ਿਆਦਾ ਬੰਦ ਆ ਨਹਿਰ ਹੋਈ ਸਾਰੀ ਜਿੰਨੀ ਵੀ ਨਹਿਰ ਹੈ ਸਾਰੀ ਬੂਟੀ ਨੇ ਘੇਰੀ ਗਈ ਆਹ ਗੰਦੀ ਦਰਿਆਈ ਬੂਟੀ ਜਿਹੜੀ ਹੁੰਦੀ ਉਹ ਟਿਊਬਵੈੱਲ ਲੱਗੇ ਨੇ ਨਹਿਰ ਦੇ ਉੱਤੇ ਜਿਹੜੇ ਪਾਣੀ ਸਪਲਾਈ ਕਰਦੇ ਪਿੰਡਾਂ ਨੂੰ ਸਾਫ਼ ਪਾਣੀ ਜਿਹੜਾ ਪਿੰਡਾਂ 'ਚ ਜਾਂਦਾ ਉਹ ਟਿਊਬਵੈੱਲ ਆਏ ਨਹਿਰ ਦੇ ਉੱਤੇ ਇਹਨਾਂ ਦੇ ਜ਼ਰੀਏ ਚੱਕਾਂ 'ਚ ਪਾਣੀ ਜਾਂਦਾ ਸਾਫ਼ ਪਾਣੀ ਪੀਣ ਵਾਸਤੇ ਮਿੱਠਾ ਪਾਣੀ ਜਿਹੜਾ Evet.
ਇਹ ਜੀ ਕਿਨਵਾਂ ਦਾ ਬਾਗ, ਬਹੁਤ ਵੱਡਾ ਬਾਗ ਕਿਨਵਾਂ ਦਾ। ਨਹਿਰ ਦੇ ਨਾਲ ਨਾਲ ਲੱਗਾ ਬਾਗ ਕਿਨਵਾਂ ਦਾ। ਨਾਲ ਹੀ ਪੁੱਲ ਦੇ ਨਾਲ ਹੀ ਫਕੀਰ ਬੈਠੇ ਨੇ ਵਿਚਾਰੇ ਮੂੰਗਣ ਵਾਲੇ, ਜਿਹੜੇ ਨੇ ਉਹਨਾਂ ਦੀਆਂ ਝੂਪੜੀਆਂ ਨੇ ਉਹ ਕੈਂਪ 'ਚ ਲਾਏ ਨੇ ਫਕੀਰਾਂ ਦੇ ਮੂੰਗਣ ਵਾਲਿਆਂ ਨੇ। ਨਹਿਰ ਦੇ ਨਾਲ ਨਾਲ ਬੈਠੇ ਨੇ ਫਕੀਰ।